ਮਿਲਾ ਰਹਿਮਾਨ ਰਹਿਮ ਜੀ ਅਸਲਾਮ ਅਲੈਕਮ ਸਾਰੇ ਦੋਸਤਾਂ ਭਰਾਵਾਂ ਦਾ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਵੋ ਵੀ ਮੈਂ ਤੁਹਾਡਾ ਬਾਈ ਸਫਿਆਨ ਗਿੱਲ ਜੀ ਤੇ ਤੁਸੀਂ ਦੇਖ ਰਹੇ ਹੋ ਟਰੈਕਟਰ ਪੁਆਇੰਟ YouTube ਚੈਨਲ ਜੀ ਇਹ ਆਪਣੇ ਸਾਹਮਣੇ ਮੈਸੀ 385 ਟਰੈਕਟਰ ਖੜਾ ਜੀ ਇਹਦੇ ਮਾਲਕ ਆ ਆਪਾਂ ਇਹਦੇ ਮਤਲਬ ਗੱਲਬਾਤ ਕਰਨ ਲੱਗੇ ਆ ਜੀ ਇਦੇ ਪਿੱਛੇ ਰੂਟਰ ਆ ਜੀ ਪਾਇਆ 54 ਕਟਰ ਆ ਰੂਟਰ ਆ ਜੀ ਆ ਪੈਲੀ ਦੇ ਵਿੱਚ ਮਾਰਿਆ ਰੂਟਰ ਥੋੜਾ ਬਹੁਤਾ ਬਾਕੀ ਇਨਸ਼ਾ ਅੱਲਾਹ ਦੀ ਤੁਹਾਨੂੰ ਵੀਡੀਓ ਪਰਫਾਰਮੈਂਸ ਚੈੱਕ ਕਰਵਾਉਂਦੇ ਆ ਜੀ ਪਹਿਲੇ ਮਾਲਕਾ ਨਾਲ ਗੱਲਬਾਤ ਕਰਦੇ ਆ ਟਰੈਕਟਰ ਦੇ ਮੁਤਲਕ ਤੇ ਰੂਟਰ ਦੇ ਮੁਤਲਕ ਅਸਲਾਮੁਅਲੈਕੁਮ ਭਾਜੀ ਵਾਲੇ ਤੁਹਾਨੂੰ ਸਲਾਮ ਭਾਈ ਆਪਣਾ ਨਾਂ ਕੀ ਨਾਮ ਆ ਜੀ ਮੇਰਾ ਨਾਮ ਮਮ ਸ਼ਫੀਕ ਅੱਛਾ ਭਾਈ ਟਰੈਕਟਰ ਆਪਣੇ ਕੋਲ ਕਿਹੜਾ ਮਾਡਲ ਆ ਇਹ 15 ਮਾਡਲ 2015 ਮਾਡਲ ਅੱਛਾ ਇਹ ਭਾਜੀ ਕਿੰਨੇ ਦਾ ਲਿਆ ਸੀ ਉਦੋਂ ਔਰ ਬੁਕਿੰਗ 'ਚ ਲਿਆ ਸੀ ਜਾਂ ਨੈਟ ਪੇਮੈਂਟ ਦੇ ਕੇ ਲਿਆ ਸੀ ਉਸੇ ਵੇਲੇ ਤਿੰਨ 11,60,000 ਤਿੰਨ ਮਹੀਨੇ ਦੀ ਬੁਕਿੰਗ ਤੇ ਲਿਆ 11,60,000 ਦਾ ਇਹ ਬੁਕਿੰਗ ਦੇ ਵਿੱਚ ਇੱਕੋ ਵਾਰੀ ਪੈਸੇ ਦਿੱਤੇ ਸੀ ਜਾਂ ਜਦੋਂ ਟਰੈਕਟਰ ਤੁਹਾਨੂੰ ਡਿਲੀਵਰ ਹੋਇਆ ਉਦੋਂ ਦਿੱਤੇ ਆ ਇਹ ਸਾਰੇ ਇੱਕੋ ਵਾਰੀ ਸਾਰੇ ਇੱਕੋ ਵਾਰੀ ਦਿੱਤੇ ਅੱਛਾ ਤੇ ਭਾਜੀ ਪਿੱਛੇ ਰੋਟਾਵਾਟਰ ਕਿਹੜੀ ਕੰਪਨੀ ਦਾ ਵਾ ਇਹ ਹੈਗਾ ਬशीर ਵਾਲਿਆਂ ਦਾ ਫੈਸਲਾਬਾਦ ਬशीर ਵਾਲਿਆਂ ਦਾ ਫੈਸਲਾਬਾਦ 54 ਘਟੜੀ ਆ ਜੀ 54 ਘਟੜੀ ਅੱਛਾ ਜਦੋਂ ਦਾ ਟਰੈਕਟਰ ਲਿਆ ਵਾ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਇਹਦੀ ਟਰੈਕਟਰ ਦੀ ਕੋਈ ਪਰੇਸ਼ਾਨੀ ਕੋਈ ਮਸਲਾਮ ਸਾਲ ਤਾਂ ਨਹੀਂ ਇਹਨੂੰ ਕਦੀ ਬਣਿਆ ਕੋਈ ਕੰਮ ਤਾਂ ਨਹੀਂ ਕੱਢਿਆ ਕੋਈ ਮਸਲਾ ਨਹੀਂ अच्छा अच्छा ठीक चल ਰਿਹਾ الحمدللہ اچھا اچھا ਇਹ ਕਰੀਏ ਆਪਾਂ ਦੋਸਤਾਂ ਨੂੰ ਟਰੈਕਟਰ ਦੀ ਸਾਰੀ ਲੁੱਕ ਦਿਖਾ ਦਿੰਦੇ ਆਂ ਜੀ ਮੁਕੰਮਲ ਤੇ ਫਿਰ ਇਨਸ਼ਾਅੱਲਾਹ ਤੁਹਾਨੂੰ ਵੀਡੀਓ ਸਟਾਰਟ ਕਰਦੇ ਆਂ ਟਰੈਕਟਰ ਦੀਆਂ ਟੂਬਾਂ ਫਿਰ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਭਾਈ ਬੰਪਰ ਕਿੱਥੇ ਦਾ ਬਣਿਆ ਬੰਪਰ ਆ ਵੀ ਬਣਿਆ ਬੰਪਰ ਆ ਤਿਆਰ ਕਰਵਾਇਆ ਅੱਛਾ ਜੀ ਡੈਲਫੀ ਦਾ ਪੰਪ ਆ ਜੀ ਦੇਖ ਸਕਦੇ ਹੋ ਤੁਸੀਂ ਚਲੋ ਜੀ ਭਾਈ ਇਹ ਸਟਾਰਟ ਕਰੋ ਵੀਡੀਓ ਜੀ